ਦੇਖਣ ਯੋਗ ਚੀਜ਼ ਸੀ ਜਿਹਨੂੰ ਆਪਾਂ ਜੈਤੋ ਦਾ ਕਿਲਾ ਕਹਿ ਸਕਦੇ ਸੀ। ਇੱਥੇ ਨਹਿਰੂ ਜੀ ਵੀ ਜੇਲ੍ਹ ਵੀ ਕੱਟ ਕੇ ਗਏ ਜਦੋਂ ਸਾਡੇ ਜੈਤੋ ਦਾ ਮੋਰਚਾ ਲੱਗਿਆ ਸੀ, ਇੱਥੇ ਆਏ ਸੀ ਉਹ, ਉਹਨਾਂ ਨੂੰ ਇੱਥੇ ਕੈਦ ਵੀ ਕੀਤਾ ਗਿਆ। ਆਹ ਦੇਖੋ ਹੁਣ ਰਾਹੁਲ ਜੀ ਆਏ ਸੀ, 65 ਲੱਖ ਰੁਪਏ ਦੇ ਕੇ ਗਏ। ਇਹ ਦੇਖੋ 65,000 ਰੁਪਈਆ ਵੀ ਲੱਗਿਆ ਲੱਗਦਾ ਇੱਥੇ, ਕਿੰਨਾ ਬੁਰਾ ਹਾਲ ਹੈ। ਇਹ ਸਾਡੇ ਜੈਤੋ ਦੀ ਸ਼ਾਨ ਸੀ ਜਿਹੜੀ ਅੱਜ ਢੇਰੂ ਢੇਈ ਹੋਈ ਪਈ ਹੈ ਜੀ। ਸਾਡੇ ਦੇਖਣ ਯੋਗ ਸੀ, ਸਾਡੇ ਬਾਹਰੋਂ ਲੋਕ ਜੋ ਵੀ ਆਉਂਦੇ ਸੀ ਉਹਨੂੰ ਦੇਖਦੇ ਸੀ ਵੀ ਜੈਤੋ ਦਾ ਕਿਲਾ ਦੇਖਣਾ ਅਸੀਂ, ਅਤੇ ਸਾਡਾ ਇਤਿਹਾਸ ਵੀ ਜੈਤੋ ਦਾ ਬਹੁਤ ਜੁੜਿਆ ਸੀ ਜੀ ਇਹਦੇ ਨਾਲ। ਅਤੇ ਅੱਜ ਸਾਨੂੰ ਬਹੁਤ ਅਫਸੋਸ ਹੋ ਰਿਹਾ ਕਿ ਸਾਡੇ ਜੈਤੋ ਦੇ ਵਿੱਚ ਜਿਹੜਾ ਕਿ ਇਹਦਾ ਕੋਈ ਨਾ ਕੋਈ ਸਰਕਾਰ, ਕਾਂਗਰਸ ਦੀ ਸਰਕਾਰ ਆਈ ਸਾਡੇ ਪੰਜਾਬ ਦੇ ਵਿੱਚ, ਨਾ ਕੋਈ ਇਹਦਾ ਸਰਕਾਰ ਨੇ ਕੋਈ ਕਾਂਗਰਸ ਸਰਕਾਰ ਹੋਣ ਕਰਕੇ ਵੀ ਇਹਦਾ ਕੋਈ ਨਾਮ ਨਹੀਂ ਲਿਆ ਇਹਨਾਂ ਨੇ, ਕੋਈ ਪੈਸਾ ਨਹੀਂ ਲੱਗਿਆ ਲੱਗਦਾ ਇੱਥੇ ਜੀ। ਇਸ ਗੱਲ ਦਾ ਅਫਸੋਸ ਹੈ ਸਾਨੂੰ ਵੀ ਜੀ, ਇਹ ਦੁਬਾਰਾ ਤੋਂ ਜੇ ਕਿਤੇ ਇਹ ਸਹੀ ਹੋ ਕੇ ਸਾਡੇ ਜੈਤੋ ਦਾ ਕਿਲਾ ਸਾਨੂੰ ਫਿਰ ਦੇਖਣ ਯੋਗ ਬਣ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਜੀ। ਹਾਲਾਤ ਇਸ ਤਰ੍ਹਾਂ ਦੇ ਆ ਕਿ ਜਿਵੇਂ ਕਿ ਅੱਜ ਸਾਰਾ ਦੇਸ਼ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਮਨਾ ਰਿਹਾ, ਚਿਲਡਰਨ ਡੇ ਦੇ ਨਾਂ 'ਤੇ ਮਨਾ ਰਿਹਾ, ਪਰ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਕਿ ਜੈਤੋ ਦੇ ਵਿੱਚ ਵੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਇੱਕ ਰਾਤ ਇੱਥੇ ਰਹਿ ਕੇ ਗਿਆ, ਜਿਵੇਂ ਕਿ ਪਿੱਛੇ ਤਸਵੀਰ ਤੁਸੀਂ ਦਿਖਾਓਗੇ। ਅਤੇ ਇਹਦੇ ਵਿੱਚ ਇੰਨੀ ਕੁ ਮਾੜੀ ਹਾਲਾਤ ਹੈ, ਔਰ ਅੱਜ ਕਾਂਗਰਸ ਦਾ ਰਾਜ ਹੋਣ ਦੇ ਬਾਵਜੂਦ ਵੀ ਕਿ ਇੱਥੋਂ ਦੇ ਸਾਡੇ ਸੰਸਦ ਆ ਜੋ ਮੁਹੰਮਦ ਸਦੀਕ ਜੀ, ਮੌਜੂਦਾ ਕਾਂਗਰਸੀ, ਫਿਰ ਵੀ ਜਿਹੜਾ ਇੱਥੇ ਰਾਹੁਲ ਗਾਂਧੀ ਜੀ ਆਏ, ਉਹਨਾਂ ਨੇ 65 ਲੱਖ ਰੁਪਈਆ ਅਨਾਊਂਸ ਕੀਤਾ, ਦਿੱਤਾ, ਲੱਗਿਆ ਨਹੀਂ ਲੱਗਾ, ਮੈਨੂੰ ਤਾਂ ਲੱਗਦਾ ਨਹੀਂ ਕੋਈ 65 ਰੁਪਏ ਵੀ ਲੱਗੇ ਹੁਣ ਇੱਥੇ। ਔਰ ਉਸ ਤੋਂ ਬਾਅਦ ਇੱਥੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਆਏ, ਉਹਨਾਂ ਨੇ ਕਿਹਾ ਕਿ 50 ਲੱਖ ਰੁਪਈਆ ਭੇਜਦੇ ਆ। ਮੇਰੇ ਹਿਸਾਬ ਨਾਲ ਜੇ 1.5 ਕਰੋੜ ਦਾ 10 ਲੱਖ ਰੁਪਈਆ ਲੱਗਦਾ ਹੋਵੇ ਤਾਂ ਜੈਤੋ ਮੰਡੀ ਵਧੀਆ ਬਣ ਸਕਦਾ, ਪਰ ਇੱਕ ਛੋਟਾ ਜਿਹਾ ਜੋ ਉਹਨਾਂ ਦਾ ਇੱਕ ਸੁਪਨਾ ਹੈ, ਕਾਂਗਰਸ ਪਾਰਟੀ ਜੋ ਇਹਨੂੰ ਕਹਿੰਦੀ ਹੈ ਕਿ ਪੰਡਿਤ ਜੀ ਦੀ ਯਾਦਗਾਰ ਹੈ, ਉਹਦਾ ਹਾਲ ਇੰਨਾ ਬੁਰਾ ਹੋਇਆ ਪਿਆ ਕਿ ਲੋਕ ਨੇ ਇਹਦੇ ਕੋਲੋਂ ਲੰਘਦੇ ਹੋਏ ਥੋੜ੍ਹਾ ਸਮਝਦੇ ਆ ਕਿ ਉੱਤੇ ਡਿੱਗ ਵੀ ਸ਼ਾਇਦ ਕੋਈ ਜਾਨਾ ਨਾ ਚਲੇ ਜਾਣ। ਇਤਿਹਾਸਿਕ ਇਮਾਰਤ ਹੈਗੀ ਹੈ ਜੇ, ਇੱਥੇ ਜਵਾਹਰ ਲਾਲ ਨਹਿਰੂ ਜੀ ਨੂੰ 1 ਦਿਨ ਵਾਸਤੇ ਜੇਲ੍ਹ ਵਿੱਚ ਰੱਖਿਆ ਗਿਆ ਸੀਗਾ, ਅਤੇ ਅੱਜ ਤੁਸੀਂ ਦੇਖੋ ਵੀ ਜਿਹੜੀ ਇਹ ਬਿਲਡਿੰਗ ਹੈਗੀ ਹੈ ਢਹਿ ਢੇਰੀ ਹੋ ਚੁੱਕੀ ਹੈ, ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈਗੀ। ਇੱਥੇ ਜਿਹੜੀ ਹੈਗੀ ਹੈ ਰਾਹੁਲ ਗਾਂਧੀ ਜੀ ਆਪਣੀ ਫੇਰੀ ਦੌਰਾਨ ਇੱਥੇ ਆਏ ਸੀਗੇ, ਉਹਨਾਂ ਨੇ 65 ਲੱਖ ਰੁਪਏ ਇਸ ਦੀ ਜਿਹੜੀ ਹੈਗੀ ਸਾਂਭ ਸੰਭਾਲ ਵਾਸਤੇ ਦਿੱਤਾ ਗਿਆ ਸੀ, ਕੁਛ ਪੈਸੇ ਇਹਦੇ ਉੱਤੇ ਲੱਗੇ ਗਏ ਹੈ, ਬਾਕੀ ਜਿਹੜਾ ਹੈਗੇ ਲੋਕਾਂ ਦਾ ਇਹ ਕਹਿਣਾ ਕਿ ਵੀ ਇੱਥੇ ਜਿਹੜੇ ਹੈਗੇ ਸਾਰੇ ਪੈਸੇ ਖੁਰਦ ਬੋਰਦ ਹੋ ਚੁੱਕੇ ਹੈਗੇ। ਉਸ ਤੋਂ ਬਾਅਦ ਜਿਹੜੇ ਹੈਗੇ ਨਵਜੋਤ ਸਿੰਘ ਸਿੱਧੂ ਜੀ ਜਿਹੜੇ ਇੱਥੇ ਆਏ ਸੀਗੇ, ਉਹਨਾਂ ਨੇ ਵੀ 50 ਲੱਖ ਰੁਪਏ ਅਨਾਊਂਸ ਕੀਤਾ ਸੀਗਾ, ਪਰ ਅੱਜ ਤੱਕ ਇਹਦੇ ਉੱਤੇ ਕੋਈ ਵੀ ਜਿਹੜਾ ਹੈਗਾ ਪੈਸਾ ਨਹੀਂ ਲੱਗ ਪਾਇਆ। ਅਤੇ ਲੋਕਾਂ ਨੇ ਇਹ ਮੰਗ ਕੀਤੀ ਹੈ ਵੀ ਇਹਨੂੰ ਜਿਹੜਾ ਹੈਗਾ ਇਹਦੀ ਸਹੀ ਸਾਂਭ ਸੰਭਾਲ ਕਰਕੇ ਅਤੇ ਵਧੀਆ ਇਹਦੀ ਜਿਹੜੀ ਹੈਗੀ ਦੇਖਣ ਯੋਗ ਇਤਿਹਾਸਿਕ ਇਮਾਰਤ ਬਣਾਈ ਜਾਵੇ ਤਾਂ ਜੋ ਲੋਕ ਜਿਹੜੇ ਹੈਗੇ ਦੂਰ ਦੁਰਾਡੋ ਆਉਂਦੇ ਆ ਇਹਨਾਂ ਨੂੰ ਦੇਖ ਸਕਣ। ਕੈਮਰਾਮੈਨ ਸੰਜੀਵ ਗੋਇਲ ਦੇ ਨਾਲ ਵਿਪਨ ਗੋਇਲ।